ਅੱਜ ਸਰਕਾਰ ਵਿਰੁੱਧ ਧਰਨੇ ਤਾਂ ਹਰ ਵਰਗ ਵੱਲੋਂ ਦਿੱਤੇ ਜਾ ਰਹੇ ਨੇ, ਪਰ ਸਰਕਾਰ ਦੇ ਕੰਨੀ ਵੀ ਜੂ ਨਹੀਂ ਸਿਰਕ ਰਹੀ। ਖਬਰ ਨਾਭਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਮਹਿਮਦਪੁਰ ਮੰਡੀ ਵਿਖੇ ਧਰਨਾ ਲਾਇਆ ਗਿਆ। ਕਿਸਾਨਾਂ ਵੱਲੋਂ ਇਹ ਪ੍ਰਦਰਸ਼ਨ ਮਨਜੀਤ ਸਿੰਘ ਪੰਧੇਰ ਦੀ ਸਜ਼ਾ ਮੁਆਫ਼ ਕਰਵਾਉਣ ਲਈ ਲਾਇਆ ਗਿਆ ਹੈ, ਜਿਸ ਲਈ ਪੂਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਧਰਨੇ 'ਚੋਂ ਸ਼ਾਮਿਲ ਹੋਣ ਲਈ ਬੁਲਾਵਾ ਭੇਜਿਆ ਗਿਆ ਸੀ। ਇਸ ਨੂੰ ਦੇਖਦੇ ਹੋਏ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਕਿਸਾਨਾਂ ਨੂੰ ਪਟਿਆਲਾ ਵਿਖੇ ਪਹੁੰਚਣਾ ਸ਼ੁਰੂ ਕਰ ਦਿੱਤਾ। ਉੱਧਰ DSP ਵਰਿੰਦਰਜੀਤ ਸਿੰਘ ਦੀ ਅਗਵਾਈ 'ਚੋਂ ਪੁਲਿਸ ਵਾਲਿਆਂ ਵੱਲੋਂ ਬੈਰੀਕੇਟਿੰਗ ਕਰਕੇ ਦਰਸ਼ਨਾਂ ਵਹੀਕਲਾਂ ਨੂੰ ਪਟਿਆਲਾ ਸ਼ਹਿਰ 'ਚੋਂ ਐਂਟਰ ਹੋਣ ਤੋਂ ਰੋਕਿਆ ਗਿਆ। ਪੁਲਿਸ ਨੇ ਕਿਸਾਨਾਂ ਨੂੰ ਪਿੰਡਾਂ ਦੇ ਰਸਤੇ ਮਹਿਮਦਪੁਰ ਮੰਡੀ ਜਾਣ ਲਈ ਕਿਹਾ। ਇਸ ਬਾਰੇ ਕਿਸਾਨਾਂ ਨੇ ਦੱਸਿਆ ਕਿ ਜਦੋਂ ਮਨਜੀਤ ਸਿੰਘ ਪੰਧੇਰ ਦੀ ਸਜ਼ਾ ਮੁਆਫ਼ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖਣਗੇ। ਮਹਿਮਦਪੁਰ ਧਰਨੇ ਤੇ ਜੀ ਕੀ ਗੱਲ, ਉੱਥੇ ਧਰਨਾ ਕਿਉਂ ਲਾਇਆ ਜਿਹੜਾ ਪੱਕੇ ਦਾ? ਉੱਥੇ ਸਾਡਾ ਮਨਜੀਤ ਸਿੰਘ ਧਲੇਰਾ ਜਿਹੜਾ ਉਹ ਝੂਠੇ ਆਪਣੇ ਕੇਸ ਦੇ ਵਿੱਚ ਫਸਿਆ ਵਾ ਉਮਰ ਕੈਦ 'ਚ, ਉਹਨੂੰ ਰਿਹਾ ਕਰਨ ਵਾਸਤੇ ਅਸੀਂ ਜਾ ਰਹੇ ਹਾਂ ਜੀ। ਉੱਥੇ ਪੱਕਾ ਧਰਨਾ ਲੱਗਿਆ, ਪੱਕਾ ਮੋਰਚਾ, ਜਿੰਨਾ ਚਿਰ ਉਹਦਾ ਹਾਂ ਜੀ ਪੁਲਿਸ ਵਾਲੇ ਸਾਨੂੰ ਰੋਕ ਕੇ ਸਾਈਡ 'ਤੇ ਲਾ ਰਹੇ ਨੇ ਆਹ ਰਾਹ ਨੂੰ, ਜਾਣ ਨੂੰ ਤਾਂ ਕਹਿੰਦੇ ਨੇ ਵੀ ਆਹ ਰਾਹ ਲੱਗ ਜਾਓ, ਸਿੱਧਾ ਨਾ ਜਾਓ। ਪਟਿਆਲੇ ਵੱਲ ਨੂੰ ਨਹੀਂ ਜਾਣ ਦੇ? ਹਾਂ ਜੀ ਹਾਂ ਜੀ ਪਿੰਡਾਂ ਜੋ ਕੇ ਕਹਿੰਦੇ ਉੱਥੇ ਚਲੇ ਜਾਓ। ਹਾਂ ਜੀ ਹਾਂ। ਕਿੰਨੇ ਕਿਸਾਨ ਪ੍ਰੋਟੈਸਟ 'ਤੇ ਜਾ ਰਹੇ ਨੇ? ਹਾਂਜੀ ਕਿੰਨੇ ਕੁ ਜਣੇ ਜਾ ਰਹੇ ਤੁਸੀਂ ਇਕੱਠੇ ਹੋ ਗਏ ਇੱਥੇ? ਅਸੀਂ ਹੈਗੇ 3 ਗੱਡੀਆਂ ਜੀ ਸਾਡੇ ਕੋਲ। ਹੋਰ ਵੀ ਆ ਰਹੇ ਨੇ? ਅਸੀਂ ਤਾਂ ਉਰੋਂ ਸਾਡਾ ਸਾਈਡ ਤੋਂ 3 ਗੱਡੀਆਂ ਜੀ, ਬਾਕੀ ਹੋਰ ਆਉਣ ਵਾਲੇ ਸਾਈਡਾਂ ਤੋਂ ਸਾਰੇ ਆ ਰਹੇ ਨੇ। ਤੁਸੀਂ ਕੀ ਮੰਨਦੇ ਹੋ ਮਨਜੀਤ ਪੰਧੇਰ ਨੂੰ ਫਸਾਇਆ ਗਿਆ ਜਾਂ ਕਿਸ ਤਰ੍ਹਾਂ ਮੰਨਦੇ ਹੋ? ਝੂਠਾ ਫਸਾਇਆ, ਉਹਨੂੰ ਝੂਠੇ ਕੇਸ 'ਚ ਫਸਾਇਆ ਵਾ ਜੀ, ਉਹਦਾ ਕੋਈ ਤਲਕਾਤ ਨਹੀਂ ਜੀ ਉਸ ਜਿਹੜਾ ਕੇਸ ਹੋਇਆ, ਜਿਹੜਾ ਦਲੀਪਾ ਬਦਮਾਸ਼ ਮਾਰਿਆ ਸੀ ਉਹਦੇ ਨਾਲ ਉਹਦਾ ਕੋਈ ਤਲਕਾਤ ਨਹੀਂ, ਉਹਦੇ ਨਾਲ ਉਹਦੀ ਕੋਈ ਪੇਸ਼ੀ ਨਹੀਂ ਸੀ, ਉਹਨਾਂ ਨੂੰ ਬਸ ਇੱਕ ਜਾਣ ਬੁੱਝ ਕੇ ਸਾਸ ਦੇ ਵਿੱਚ ਝੂਠਾ ਕੇਸ ਪਾਇਆ ਵਾ। ਅਤੇ ਅਸੀਂ ਹੋਣਾ ਚਾਹੀਦਾ ਵੀ ਉਹਦੇ ਜਿਹੜਾ ਕੇਸ ਆ ਰਾਜਪਾਲ ਦੇ ਕੋਲ ਪਿਆ ਵੀ ਉਹਨੂੰ ਉਹਦੀ ਰਿਹਾਈ ਹੋਣੀ ਚਾਹੀਦੀ ਆ, ਅਤੇ ਜਿਹੜੇ ਝੂਠੇ ਕੇਸ ਨੇ ਬੰਦ ਹੋਣੇ ਚਾਹੀਦੇ। ਪੁਲਿਸ ਨੇ ਜਗ੍ਹਾ ਜਗ੍ਹਾ 'ਤੇ ਨਾਕੇ, ਤੁਸੀਂ ਉੱਥੇ ਤੱਕ ਫਿਰ ਕਿਵੇਂ ਪਹੁੰਚੋਗੇ? ਨਹੀਂ ਅਸੀਂ ਉਰੋਂ ਪਿੰਡਾਂ 'ਚ ਵੀ ਜਾਵਾਂਗੇ ਜੀ, ਜਿਹੜਾ ਨਾਕਾ ਦੀ ਸਾਈਡ 'ਤੇ ਹੋਵੇ ਨਾ ਨਾ ਇਹਦਾ ਅੱਗੇ ਵੀ 4 ਨਾਕੇ ਨੇ, ਫਿਰ ਕਿਵੇਂ ਪਹੁੰਚੋਗੇ? ਉਹ ਦੱਸਾਂਗੇ ਹੁਣ ਕੀ ਹੋਊਗਾ ਉੱਥੇ ਪਤਾ ਲੱਗੂ ਕੀ ਬਣਦਾ। ਮਹਿਮਦਪੁਰ ਮੰਡੀ ਕੀ ਕਰਨ ਜਾ ਰਹੇ ਤੁਸੀਂ ਉੱਥੇ? ਧਰਨਾ ਲਾਉਣ ਚੱਲੇ ਹਾਂ ਜੀ। ਕਿਸ ਗੱਲ ਦਾ ਧਰਨਾ ਦਿੱਤਾ ਜਾ ਰਿਹਾ? ਜੋ ਮਨਜੀਤ ਧਨੇਰਾ ਜੀ ਇਹਨੂੰ ਜਿਹੜੀ ਸਜ਼ਾ ਹੈ ਉਹ ਜਮ੍ਹਾਂ ਨਜਾਇਜ਼ ਕੀਤੀ ਗਈ ਹੈ ਜੀ, ਉਹਦੇ ਸੰਬੰਧ 'ਚ ਇਕੱਠੇ ਹੋ ਰਹੇ ਹਾਂ ਜੀ। ਇੱਥੇ ਪੁਲਿਸ ਨੇ ਫਿਰ ਹੁਣ ਰੋਕਿਆ ਗਿਆ ਤੁਹਾਨੂੰ? ਹਾਂ ਜੀ ਰੋਕਿਆ ਗਿਆ ਵੀ ਪਟਿਆਲੇ ਨਾ ਜਾਇਆ ਜਾਵੇ, ਇੱਧਰ ਪਿੰਡਾਂ 'ਚ ਨੂੰ ਭੇਜਿਆ ਗਿਆ। ਪਿੰਡਾਂ ਦੀ ਹੋ ਕੇ ਜਾਵਾਂਗੇ ਜੀ, ਜਿਵੇਂ ਪਹੁੰਚਿਆ ਜਾਊਗਾ ਚਾਹੇ ਤੁਰ ਕੇ ਜਾਈਏ ਜਿਵੇਂ ਮਰਜ਼ੀ ਜਾਈਏ। ਕਿੰਨੇ ਦਿਨ ਦਾ ਧਰਨਾ ਉੱਥੇ? ਧਰਨਾ ਤਾਂ ਅਣਮਿੱਥਾ ਹੀ ਹੈ ਜੀ, ਜਿੰਨਾ ਚਿਰ ਕੋਈ ਗੱਲ ਦਾ ਕਾਂਡ ਨਹੀਂ ਲੱਗਦੀ ਉਨਾ ਚਿਰ। ਤੁਸੀਂ ਰਾਸ਼ਨ ਪਾਣੀ ਨਾਲ ਲੈ ਕੇ ਚੱਲੇ? ਹਾਂ ਜੀ ਹਾਂ। ਕੀ ਕੀ ਲੈ ਕੇ ਚੱਲੇ? ਦੁੱਧ ਆਟਾ ਸਬਜ਼ੀਆਂ ਜਿਹੜਾ ਵੀ ਰਾਸ਼ਨ ਹੁੰਦਾ ਸਾਰਾ ਲੈ ਕੇ ਗਏ ਜੀ। ਨਾਭਾ ਦੇ DSP ਵਰਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨਾਕਾਬੰਦੀ ਇਸ ਲਈ ਕੀਤੀ ਗਈ ਹੈ ਕਿ ਕਿਸਾਨ ਪਟਿਆਲਾ ਸ਼ਹਿਰ 'ਚੋਂ ਦਾਖਲ ਨਾ ਹੋ ਸਕਣ, ਇਸ ਲਈ ਉਹਨਾਂ ਵੱਲੋਂ ਕਿਸਾਨਾਂ ਨੂੰ ਵੱਖ-ਵੱਖ ਪਿੰਡਾਂ ਰਾਹੀਂ ਮਹਿਮਦਪੁਰ ਭੇਜਿਆ ਜਾ ਰਿਹਾ ਹੈ। ਜਿਹੜਾ ਧਰਨੇ ਦਾ ਜਿਹੜੀ ਕਾਲ ਦਿੱਤੀ ਗਈ ਹੈ ਉਸ ਦੇ ਮੱਦੇਨਜ਼ਰ ਅਸੀਂ ਜਿਹੜਾ ਹੈਗਾ ਨਾਕਾਬੰਦੀ ਕੀਤੀ ਗਈ ਹੈ ਪਿੰਡ ਘਮਰੌਦਾ ਦੇ ਵਿੱਚ, ਅਤੇ ਜਿਹੜੇ ਕਿਸਾਨ ਜਥੇਬੰਦੀਆਂ ਦੀਆਂ ਜੋ ਵੀ ਪਾਰਟੀਜ਼ ਵਗੈਰਾ ਆ ਰਹੀਆਂ ਨੇ ਉਹਨਾਂ ਨੂੰ ਸ਼ਹਿਰ ਦੇ ਵਿੱਚ ਜਿਹੜੀ ਹੈਗੀ ਆ ਉਹ ਐਂਟਰੀ ਨਹੀਂ ਅਲਾਊਡ ਹੈਗੀ ਪ੍ਰਸ਼ਾਸਨ ਵੱਲੋਂ, ਅਤੇ ਜਿਹੜੀ ਜਗ੍ਹਾ 'ਤੇ ਜਿਹੜੀ ਜਗ੍ਹਾ ਇਹਨਾਂ ਨੂੰ ਧਰਨੇ ਵਾਸਤੇ ਅਲੋਟ ਕੀਤੀ ਗਈ ਹੈ ਉਸ ਜਗ੍ਹਾ 'ਤੇ ਵੱਲੋਂ ਜਿਹੜਾ ਹੈਗਾ ਇਹਨਾਂ ਦੀ ਟ੍ਰੈਫਿਕ ਨੂੰ ਡਾਇਵਰਟ ਕੀਤਾ ਜਾ ਰਿਹਾ। ਰੋਕਿਆ ਵੀ ਜਾ ਰਿਹਾ ਕਿਸਾਨਾਂ ਨੂੰ? ਕਿਸਾਨਾਂ ਨੂੰ ਜੀ ਪਟਿਆਲਾ ਸ਼ਹਿਰ ਦੇ ਵਿੱਚ ਐਂਟਰੀ ਜਿਹੜੀ ਹੈਗੀ ਉਹ ਅਲਾਊਡ ਨਹੀਂ ਹੈਗੀ ਇਸ ਧਰਨੇ ਦੇ ਸੰਬੰਧ 'ਚ, ਤਾਂ ਇਸ ਕਰਕੇ ਜਿਹੜੀ ਧਰਨੇ ਵਾਸਤੇ ਇਹਨਾਂ ਨੂੰ ਜਗ੍ਹਾ ਦਿੱਤੀ ਗਈ ਹੈ ਮੰਡੀ ਦੇ ਵਿੱਚ ਉਸ ਜਗ੍ਹਾ ਵੱਲ ਨੂੰ ਅਸੀਂ ਇਹਨਾਂ ਨੂੰ ਡਾਇਵਰਟ ਕਰ ਰਹੇ ਹਾਂ। ਇੱਥੇ ਕਰੀਬ 80 ਬੰਦੇ ਅਸੀਂ ਜਿਹੜੇ ਹੈਗੇ ਟੋਟਲ ਉਹ ਲਗਾਏ ਹੈਗੇ ਜੀ ਘਮਰੌਦਾ, ਅਤੇ ਘਮਰੌਦੇ ਤੋਂ ਲੈ ਕੇ ਜਿਹੜੀ ਮਹਿਮਦਪੁਰ ਮੰਡੀ ਹੈ ਉੱਥੋਂ ਤੱਕ। ਕਿੰਨੇ ਨਾਕੇ?
ਟੋਟਲ 5 ਨਾਕੇ ਹੈ ਜੀ, ਘਮਰੋਦਾ ਤੋਂ ਲੈ ਕੇ ਅਤੇ ਬਰਸਟ ਤੱਕ ਜਿਹੜੇ ਅਸੀਂ ਲਗਾਏ ਆ। ਕਿਸੇ ਵੀ ਕਿਸਾਨ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ, ਕਿੰਨੇ ਕੁ ਕਿਸਾਨ ਡਿਵਰਟ ਕੀਤੇ ਗਏ? ਆਮ ਜਨਤਾ ਜਿਹੜੀ ਉਹਨੂੰ ਤਾਂ ਅਸੀਂ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਹੈ, ਉਹ ਤਾਂ ਜਿਵੇਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜਿਵੇਂ ਆਉਂਦੇ ਜਾਂਦੇ ਉਵੇਂ ਆ ਜਾ ਸਕਦੇ ਆ। ਪਰ ਜਿਹੜੀ ਧਰਨਾ ਬਾਉਂਡ ਜਿਹੜੀ ਕਰਾਊਡ ਹੈ ਉਸ ਨੂੰ ਅਸੀਂ ਸ਼ਹਿਰ ਵੱਲੋਂ ਐਂਟਰ ਨਹੀਂ ਹੋਣ ਦੇ ਰਹੇ, ਜਿਹੜੇ ਧਰਨੇ ਦੇ ਪਰਪਜ਼ ਲਈ ਜਾ ਰਹੇ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।